ਰਜਿੰਦਰ ਸਿੰਘ ਜੀ ਪੁੱਛਦੇ ਨੇ ਜੀ ਇਹਨਾਂ ਨੂੰ ਮਹਿੰਦਰ ਸਿੰਘ ਮਹਿੰਦਰਜੀਤ ਸਿੰਘ ਜੀ ਮਹਿੰਦਰ ਕੌਰ ਜੀ ਉਹ ਵੀ ਪੁੱਛ ਚੁੱਕੇ ਨੇ ਨਵੇਂ ਦੀ ਤਰ੍ਹਾਂ ਸਟੇਜ ਤੇ ਬੈਠੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ ਨੇ ਜੋ ਇਹ ਉਪਰਾਲਾ ਸਤਿਗੁਰੂ ਜੀ ਦੀ ਕਿਰਪਾ ਨਾਲ ਚੱਲ ਰਿਹਾ ਹੈ ਮੈਂ ਬੇਨਤੀ ਕਰਾਂਗਾ ਜਰੋਰ ਵੀਰ ਜੀ ਨੂੰ ਸਭ ਤੋਂ ਪਹਿਲੇ ਮੈਂ ਬੇਨਤੀ ਕਰਾਂਗਾ ਸਾਡੇ ਵਿੱਚ ਸੁਭਾਈਮਾਨ ਨੇ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਤੋਂ ਵੀਰ ਜੀ ਦਾ ਸਵਾਗਤ ਕਰਨਗੇ ਜਰੋਰ ਵੀਰ ਜੀ ਤੁਸੀਂ ਪਲੀਜ਼ ਇੱਧਰ ਮੁਕਾ ਲੈ ਮਾਰੀ ਅਜੇ ਇੱਧਰ ਮੈਂ ਬੇਨਤੀ ਕਰਾਂਗਾ ਸਰਦਾਰ ਵਿਕਰਮ ਸਿੰਘ ਜੀ ਰੋਣੀ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਅਮਰਜੀਤ ਸਿੰਘ ਜੀ ਪੱਪੂ ਵੀਰ ਜੀ ਮੀਤ ਪ੍ਰਧਾਨ ਉਹਨਾਂ ਦਾ ਸਵਾਗਤ ਕਰਨਗੇ ਵੀਰ ਜੀ ਦੇਖੋ ਪ੍ਰਧਾਨ ਸਵਾਗਤ ਕਰ ਰਹੇ ਬੋਲੇ ਸੋਨ ਮੈਂ ਬੇਨਤੀ ਕਰਾਂਗਾ ਸਾਡੇ ਵੱਡੇ ਵੀਰ ਵਿੱਕੀ ਮਾਨ ਜੀ ਉਹਨਾਂ ਦਾ ਸਵਾਗਤ ਕਰਨਗੇ ਮੈਂ ਬੇਨਤੀ ਕਰਾਂਗਾ ਵਿੱਕੀ ਮਾਨ ਵੀਰ ਜੀ ਦੇ ਸਾਡੇ ਘਰ ਦੇ ਵਿਕਰਮ ਜੀ ਦਾ ਕਰਨਗੇ ਪਹਿਲੇ ਮੈਂ ਬੇਨਤੀ ਕਰਾਂਗਾ ਵਿਕਰਮ ਸਿੰਘ ਜੀ ਰੋਣੀ ਤੋਂ ਉਹਨਾਂ ਦਾ ਸਵਾਗਤ ਕਰਨਗੇ ਸਰਦਾਰ ਰਵਿੰਦਰ ਸਿੰਘ ਜੀ ਹਾਂਜੀ ਭਾਜੀ ਇੱਧਰ ਵਿੱਕੀ ਮਾਨ ਵੀਰ ਜੀ ਨੂੰ ਮੈਂ ਬੇਨਤੀ ਕਰਾਂਗਾ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਵੀਰ ਜੀ ਵੱਲੋਂ ਮੈਂ ਬੇਨਤੀ ਕਰਾਂਗਾ ਹੁਣ ਸਰਦਾਰ ਓਂਕਾਰ ਸਿੰਘ ਜੀ ਉਹਨਾਂ ਦਾ ਸਵਾਗਤ ਕਰਨਗੇ ਸਾਡੇ ਹਰਸਿਮਰਨ ਵੀਰ ਜੀ ਮੈਂ ਬੇਨਤੀ ਕਰਾਂਗਾ ਮੇਰੇ ਸਰਕਾਰ ਯੋਗ ਵੀਰ ਸਰਦਾਰ ਜਗਜੀਤ ਸਿੰਘ ਜੀ ਅਰਵੀਰ ਜੀ ਜਿਹਨਾਂ ਦਾ ਬਹੁਤ ਸਰਦਾਰ ਰਜਿੰਦਰ ਸਿੰਘ ਜੀ ਦਾ ਸਵਾਗਤ ਕਰਨਗੇ ਰਵਿੰਦਰ ਸਿੰਘ ਜੀ ਜਿਹਨਾਂ ਵੀ ਇਹਨਾਂ ਦੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਸਾਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਪਿਆਰ ਦਿੰਦੇ ਨੇ ਪ੍ਰੇਰਿਤ ਕਰਦੇ ਨੇ ਐਸੇ ਪ੍ਰੋਗਰਾਮ ਉਡੀਕਣ ਦੇ ਲਈ ਅਤੇ ਮੈਂ ਆਪ ਪਰਸਨਲ ਤੌਰ 'ਤੇ ਵੀ ਅਤੇ ਪੂਰੀ ਜਥੇਬੰਦੀਆਂ ਵੱਲੋਂ ਵੀ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਖਿਡਾਰੀ ਹੈਗੇ ਉਹ ਖਿਡਾਰੀ ਧੁੱਪ ਨੂੰ ਧੁੱਪ ਨਹੀਂ ਸਮਝਦਾ ਇਸ ਕਰਕੇ 5 ਮਿੰਟ ਦਾ ਟਾਈਮ ਹੋਣ ਜਿੰਨੇ ਸਾਡੇ ਮੈਂਬਰ ਸਾਹਿਬਾਨ ਆਏ ਹੋਏ ਨੇ ਇਹਨਾਂ ਦੇ ਹੀ ਛੜਕੇ ਇਹ ਪ੍ਰੋਗਰਾਮ ਹੁੰਦੇ ਨੇ ਔਰ ਇਹ ਪ੍ਰੋਗਰਾਮਾਂ ਨੂੰ ਅਸੀਂ ਫਿਰੇ ਕਾਢ ਦੇ ਹਾਂ ਤੇ ਇੱਕ ਵਾਰੀ ਗੱਜ ਵੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦ ਕਰਦਾ ਹਰਮੀਤ ਸਿੰਘ ਜੀ ਕਾਲਕਾ ਜੀ ਅਮਰਜੀਤ ਸਿੰਘ ਜੀ ਪੱਪੂ ਜੀ ਵਿਕਰਮ ਭਾਈ ਵਿੱਕੀ ਮਾਨ ਜੀ ਕਮਲ ਸਿੰਘ ਜੀ ਜਗਜੀਤ ਸਿੰਘ ਜੀ ਓਂਕਾਰ ਸਿੰਘ ਰਾਜਾ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਦੇ ਕੇ ਸਾਡੇ ਇੱਥੇ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਰੱਖਿਆ ਅਤੇ ਮੈਂ ਹੁਣ ਆਪ ਜੀ ਅੱਗੇ ਇੱਕ ਛੋਟੀ ਜਿਹੀ ਉਹ ਕਰਨ ਲੱਗਾ ਹੈ ਕਿ ਜਿੰਨੇ ਵੀ ਇੱਥੇ ਬੱਚੇ ਆਏ ਨੇ ਉਹਨਾਂ ਨੇ ਆਪਣੀ ਪ੍ਰੈਕਟਿਸ ਨੂੰ ਬਹੁਤ ਟਾਈਮ ਦਿੱਤਾ ਮੈਨੂੰ ਵਿੱਚ ਰਿਪੋਰਟਾਂ ਇੱਦਾਂ ਸੀ ਰਾਤੀ 7 ਵਜੇ ਤੋਂ ਲੈ ਕੇ 11 ਵਜੇ ਤੱਕ 12 ਤੱਕ ਬੱਚਿਆਂ ਨੇ ਪ੍ਰੈਕਟਿਸ ਕੀਤੀ ਹੈ ਅਤੇ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਬੱਚਿਆਂ ਨੇ ਜਿਨ੍ਹਾਂ ਨੇ ਸ਼ਸਤਰ ਵਿੱਦਿਆ ਦੇ ਨਾਲ ਪੰਜਾਬ ਨੂੰ ਜੋੜ ਕੇ ਇਹ ਪ੍ਰੋਗਰਾਮਾਂ ਦੇ ਵਿੱਚ ਆਪਣਾ ਸਾਥ ਦਿੱਤਾ ਸਾਡੀ ਟੀਮ ਰੈਫਰੀ ਕੌਂਸਲ ਜਿਹਦੇ ਵਿੱਚ 30 ਬੱਚੇ ਪਿਛਲੇ ਰੈਫਰੀ ਕਰ ਰਹੇ ਨੇ ਜਜਮੈਂਟ ਟੇਬਲ ਜਿਹਦੇ ਵਿੱਚ ਘੱਟ ਤੋਂ ਘੱਟ 20 ਬੱਚੇ ਨੇ ਉਹ ਆਪਣੀ ਰੈਫਰੀ ਕਰ ਰਹੇ ਨੇ ਅਤੇ ਮੈਂ ਹੁਣ ਜ਼ਿਆਦਾ ਟਾਈਮ ਨਾ ਲੈਂਦਾ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਨੂੰ ਬੇਨਤੀ ਕਰਾਂਗਾ ਕਿ ਕੁਛ ਵਿਚਾਰ ਉਹ ਬੱਚਿਆਂ ਦੇ ਨਾਲ ਸਾਂਝ ਕਰਨਗੇ ਮੈਂ ਬੇਨਤੀ ਕਰਨਾ ਜੀ ਮਹਿਮਾ ਸਾਹਿਬਾਨਾਂ ਵਿੱਚੋਂ ਸਭ ਤੋਂ ਪਹਿਲਾਂ ਚਮਨ ਸਿੰਘ ਜੀ ਆਪ ਜੀ ਦੇ ਨਾਲ 2 ਮਿੰਟ ਦੀ ਸਾਂਝ ਕਰਨਗੇ ਉਹਦੇ ਬਾਅਦ ਅੱਗੇ ਜੀ ਪਰਮ ਸਤਿਕਾਰਯੋਗ
गुरु रूप खालसा जी करके फतेह बुलाओ। वाहेगुरु जी का खालसा, वाहेगुरु जी की फतेह। अज बहुत ही सुहाना ते शानदार नजारा है। गुरसिख बच्चे बच्चिया गुरु हरगोबिंद पातशाह जी वालों बख्शी हुई यह विद्या विच परिपक्क होण वास्ते पूरा तरों मनो जोर लाणगे। मैं तुहानू क्योंकि असी भी तुहाडे दौर तों निकले हुए हां, यह गतका सिख कौम वास्ते बड़ी वड्डी गुरु साहिबां दी देन है। और जिहड़े लोग गुरु साहिबां दित्ती होई सिक्ख्या ते पहरा दिंदे हन, गुरु साहब उन्हां नूं आशीर्वाद दिंदे हन। गुरबाणी पढ़ के गुरु ग्रंथ साहिब महाराज जी का आशीर्वाद लैके गुरु इतिहास नूं याद करके सिख इतिहास नूं याद करके अपने बजुर्गों के इतिहास नूं याद करके साडे लोक पिंडे खड़े हो जाते हैं। कई ख्याल रखते हैं बोली सुन के सुने कई खंडा पा के दस रही आ गया है घेरा पा के मैं तकड़ा बाप लोगों का सहयोग दिला के कि रस का खंडा कटे कितने सा के जो रोह अपने ढेरिया लोथा दिया ला के डिगू दुश्मन चला पिछो कानी पा के मैं आया पुरख अकाल तो ये आग्ञा पा के उच्चा तकड़ा पंथ नो पुत भोट भेट ला के अज असी खड़े हैं। गुरु गोबिंद सिंह महाराज के पुत धियां आ लाल ताई असी इतने खड़े हैं। साडे वास्ते उन्होंने अपने सारे परिवार को बार दिता। और जिथे गुरु गोबिंद सिंह महाराज ने साडे ते आसा रखिया और गुरसिखां ने भी फिर अपने गुरु ते जो शीरवासी उसके पूरे होते। और बाबा दीप सिंह ने जदों जंगे मैदान में एक गल कही, मैं सिंह सूरा करांगा वचन पूरा, गुरु घर की छान तो मुकामा मैं, अमृत छकिया खंडे की धार वाला खंडा राम दे छकामा मैं। भाजड़ा पा दे सिखी दे बैरियां नूं सिखी सिदक नूं दाग ना लवा मैं, गुरु घर प्रसाद चढ़ा लो की गुरु गुरु चरणी सी चलावा मैं। जिथे गुरु साहबां ने साडे ते विश्वास किया आशीर्वाद दिता ताकतां मखियां उत्थे गुरसिखां ने भी गुरु महाराज के आशा से पूरा उतर के कुर्बानियां कीतियां। इस पासे दो मिनट का समय इतिहास बहुत वड्डा है। गुरसिखी की गल खालसे की गल बहुत वड्डी है और अज साडा फर्ज बनदा है। मैं मुबारकबाद दिंदा इन्हां वीरां नूं इस सोसाइटी नूं और मुबारकबाद दिंदा दिल्ली से प्रताप कमेटी नूं जिहड़े इस पनीरी नूं सुना के उस गुरु दे बचना ते पहरा दे रहे हैं। इस करके मैं उन्हां गुरसिखां नूं भी अपील करदा जिहड़े गुरसिख समर्थ है जिहड़ां नूं परमात्मा ने बहुत माया दे गफ्फे दित्ते है उह इन्हां गुरसिख वीरां वास्ते ਵੱਧ ਤੋਂ ਵੱਧ ਚੜ੍ਹਦੀ ਕਲਾ ਚ ਹਾਲ ਕੇ ਸੇਵਾ ਕਰਨ ਤਾਂ ਕਿ ਇਹ ਪਨੀਰੀ ਅਸੀਂ ਵੱਧ ਤੋਂ ਵੱਧ ਸੰਭਾਲ ਸਕੀਏ। ਇੰਨੀਆਂ ਹੀ ਬੇਨਤੀਆਂ, ਗੱਜ ਕੇ ਫਤਿਹ ਬੁਲਾ ਕੇ ਜਗਾਰਾ ਬੁਲਾਵਾਂਗਾ ਚੜ੍ਹਦੀ ਕਲਾ ਦਾ, ਤੁਸੀਂ ਸਾਰਿਆਂ ਨੇ ਗੱਜ ਕੇ ਜਗਾਰਾ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਕਮਲ ਸਿੰਘ ਜੀ ਜੀ ਦਾ। ਅਤੇ ਮੈਂ ਹੁਣ ਅਮਰਜੀਤ ਸਿੰਘ ਜੀ ਪੱਪੂ ਜੀ ਨੂੰ ਬੇਨਤੀ ਕਰਾਂਗਾ ਦੋ ਕੁ ਮਿੰਟ ਆਪਣੇ ਵਿਚਾਰ ਬੱਚਿਆਂ ਦੇ ਨਾਲ। ਪਰਮ ਸਤਿਕਾਰਯੋਗ ਗੁਰਬੇਰੀ ਸਾਹਿਬ ਸੰਗਤ ਜੀ, ਉਹ ਫਤਿਹ ਦੀ ਸਾਂਝ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਗੱਤਕਾ ਐਸੋਸੀਏਸ਼ਨ ਵੱਲੋਂ ਅੱਜ ਔਰ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਜੀ ਟੀ ਬੀ ਆਈ ਕਾਲਜ ਦੇ ਅੰਦਰ ਜਿਹੜਾ ਅੱਜ ਗੱਤਕੇ ਦਾ ਜਿਹੜਾ ਲਗਾਇਆ ਗਿਆ ਸ਼ਿਵਰ, ਇਹਦੇ ਵਿੱਚ
ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਮੀਤ ਸਿੰਘ ਜੀ ਗੱਲ ਕਰ। ਮੈਂ ਬੱਚਿਆਂ ਅੱਗੇ ਬੇਨਤੀ ਕਰਾਂਗਾ, ਬਹਿ ਜਾਓ, ਗਰਮੀ ਬੜੀ, ਆਪਾਂ ਦੋ ਮਿੰਟ ਲਈ ਜ਼ਿਆਦਾ ਨਹੀਂ ਬੋਲਾਂਗੇ, ਪ੍ਰਧਾਨ ਸਾਹਿਬ ਬੋਲਣਗੇ, ਉਸ ਤੋਂ ਬਾਅਦ ਬੱਚੇ ਤੁਸੀਂ ਗਰਮੀ ਬਹੁਤ ਹੈ ਮੈਨੂੰ ਪਤਾ। ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਸਰਦਾਰ ਚਮਨ ਸਿੰਘ ਜੀ ਜੋ ਸੀਨੀਅਰ ਮੈਂਬਰ ਨੇ, ਰਾਜਾ ਜੀ, ਵਿਕਰਮ ਜੀ ਔਰ ਮੇਰੇ ਛੋਟੇ ਵੀਰ ਵਿੱਕੀ ਮਾਨ, ਉਹ ਸਾਰੇ ਮੇਰੇ ਜਿਹੜੇ ਪਟਵੰਦੇ ਸੱਜਣ ਆਏ ਨੇ ਬੱਚਿਆਂ ਨੂੰ ਅੱਜ, ਇਹ ਬੱਚਿਆਂ ਦਾ ਬਾਣਾ ਦੇਖ ਕੇ ਹੀ ਤਬੀਅਤ ਖੁਸ਼ ਹੋ ਜਾਂਦੀ ਹੈ। ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਸੀ ਔਰ ਜਿਹੜਾ ਆਪਣੇ ਟਾਈਮ 'ਤੇ ਗੱਤਕੇ ਦਾ ਜਿਹੜਾ ਚਾਲੂ ਕਰਾਇਆ ਸੀ, ਅੱਜ ਤਾਂ ਯੁੱਗ ਕੋਈ ਹੋਰ ਹੈ, ਲੇਕਿਨ ਫਿਰ ਵੀ ਇਸ ਯੁੱਗ ਵਿੱਚ ਸਾਡਾ ਮਾਰਸ਼ਲ ਆਰਟ ਇਹੀ ਹੈ। ਔਰ ਤੁਹਾਡੇ ਬਾਣੇ ਨੂੰ ਦੇਖ ਕੇ ਰੋਮ ਰੋਮ ਤੱਕ ਖੁਸ਼ੀ ਹੁੰਦੀ ਹੈ ਕਿ ਅੱਜ ਵੀ ਸਾਹਿਬਾਂ ਦੀ ਬਖਸ਼ਿਸ਼ ਤੁਹਾਡੇ 'ਤੇ ਔਰ ਹੋਰ ਕਿਰਪਾ ਕਰਨ ਦੀ ਨਵੀਂ ਪੀੜ੍ਹੀ ਨੂੰ ਖਾਸ ਤੌਰ 'ਤੇ ਅੱਜ ਦੇ ਦਿਨ ਇਹਨਾਂ ਦਿਨਾਂ ਦੇ ਅੰਦਰ ਗੁਰੂ ਨਾਲ, ਗੁਰੂ ਇਤਿਹਾਸ ਨਾਲ ਅਤੇ ਗੁਰੂ ਦੇ ਬਾਣੇ ਨਾਲ ਅਤੇ ਬਾਣੀ ਨਾਲ ਜੋੜਨ ਦਾ ਬੜਾ ਹੀ ਵੱਡਾ ਜੋ ਸਮਾਂ ਇਸ ਵਕਤ ਹੈ। ਔਰ ਮੈਂ ਕਿਉਂਕਿ ਗਰਮੀ ਬਹੁਤ ਹੈ, ਮੈਂ ਜ਼ਿਆਦਾ ਨਹੀਂ ਕੁਛ ਬੋਲਦਾ ਕਿਉਂਕਿ ਦੋ ਦਿਨ ਦਾ ਪ੍ਰੋਗਰਾਮ ਹੈ, ਸਾਰਾ ਦਿਨ ਹੁਣੇ ਥੋੜ੍ਹੀ ਦੇਰ ਬਾਅਦ ਸਰਦਾਰ ਮਨਜੀਤ ਸਿੰਘ ਜੀ ਪ੍ਰਧਾਨ ਨੇ ਜੋ ਦਿੱਲੀ ਗੁਰਦੁਆਰਾ ਕਮੇਟੀ ਦੇ, ਉਹ ਵੀ ਇੱਧਰ ਆਉਣਗੇ ਤੁਹਾਨੂੰ ਅਸੀਸ ਦੇਣ। ਔਰ ਮੈਂ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਪਹਿਲੇ ਕਹਿੰਦੇ ਤੇ ਚਾਨਣੀ ਵੀ ਲਗਾ ਦਿੰਦੇ ਜਗਾਰ ਜੀ, ਬੜੀ ਗਰਮੀ ਹੈ। ਸੋ ਮੈਂ ਹੁਣ ਬੇਨਤੀ ਕਰਾਂਗਾ ਜੇ ਤੁਹਾਡੇ ਸਾਰਿਆਂ ਨੂੰ ਕਿ ਦੋ ਦਿਨ ਮੈਂ ਤੁਹਾਡੇ ਵਿੱਚ ਹੀ ਹਾਂ, ਮਹਿਮਾਨ ਜਿਹੜੇ ਹੁਣ ਅੱਜ ਆਏ ਨੇ ਤੁਹਾਨੂੰ ਐਡਰੈਸ ਕਰਕੇ ਤੋਂ ਜਾਣਗੇ, ਅਸੀਂ ਦੋ ਦਿਨ ਤੁਹਾਡੇ ਕੋਲ ਹੀ ਹੈ ਵਿੱਕੀ ਜੀ, ਮੈਂ ਅਤੇ ਚਮਨ ਜੀ ਨੂੰ ਬੇਨਤੀ ਕਰਾਂਗਾ ਵਿਆਹ ਤੋਂ ਬਾਅਦ ਤੁਸੀਂ ਵੀ ਕਿਉਂਕਿ ਇੱਥੇ ਹੀ ਨਜ਼ਦੀਕ ਦੇ ਹੋ, ਤੁਸੀਂ ਵੀ ਲਗਾਓ ਅਤੇ ਸਾਡੇ ਮਹਿਮਾਨ ਦੂਰੋਂ ਆਏ ਨੇ, ਮਾਲੀਆ ਨਗਰ ਤੋਂ, ਰੋਣੀ ਤੋਂ, ਕਾਕਾ ਜੀ ਤੋਂ, ਇਹ ਤੁਹਾਡੇ ਨਾਲ ਉਹਨਾਂ ਐਡਰੈਸ ਕਰਕੇ ਤੁਹਾਨੂੰ ਜਾਣਗੇ। ਇੱਕ ਵਾਰੀ ਮੈਂ ਫਿਰ ਸਾਰਿਆਂ ਦਾ ਇਸ ਕਾਲਜ ਅੰਦਰ ਜੀ ਆਇਆਂ ਆਖਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪ੍ਰਧਾਨ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਗੱਲ ਕਰ ਪਰਮ ਸਤਿਕਾਰਯੋਗ ਗੁਰੂ ਪੰਥ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿਆਂਗਾ ਤੇਗ ਸਿੰਘ ਮਾਰਸ਼ਲ ਆਰਟ ਅਕੈਡਮੀ ਦੇ ਨੌਜਵਾਨ ਵੀਰਾਂ ਨੂੰ, ਸਰਦਾਰ ਜ਼ੋਰਾਵਰ ਸਿੰਘ, ਸਰਦਾਰ ਗੁਰਮੀਤ ਸਿੰਘ, ਸਰਦਾਰ ਜੋਗਿੰਦਰ ਸਿੰਘ ਔਰ ਸੁਰਿੰਦਰਪਾਲ ਜੀ ਜਿਹੜੇ ਬਹੁਤ ਪੁਰਾਣੇ ਇਸ ਗੱਤਕਾ ਅਕੈਡਮੀ ਨਾਲ ਜੁੜੇ ਹੋਏ ਨੇ, ਔਰ ਇਹ ਜਿਨ੍ਹਾਂ ਦੇ ਵਿੱਚ ਜਜ਼ਬਾ ਤੁਹਾਡੇ ਸਾਰੇ ਬੱਚਿਆਂ ਨੂੰ ਕਿ ਅੱਜ ਵੀ ਤੁਸੀਂ ਸਾਰਿਆਂ ਨੇ ਉਹ ਪੁਰਾਤਨ ਜਿਹੜੀ ਸਾਡੀ ਸੱਭਿਆਚਾਰ ਹੈ, ਪੁਰਾਤਨ ਵਿਰਸਾ ਜਿਹੜਾ ਗੁਰੂ ਮਹਾਰਾਜ ਦੇ ਸਾਹਿਬ ਤੋਂ ਸ਼ੁਰੂ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੋਂ, ਤੁਸੀਂ ਅੱਜ ਉਹਨੂੰ ਸੰਭਾਲ ਕੇ ਰੱਖਿਆ। ਮੈਂ ਤੁਹਾਨੂੰ ਜਿੱਥੇ ਮੁਬਾਰਕਬਾਦ ਦਿੰਦਾ ਉੱਥੇ ਗੁਰੂ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ, ਔਰ ਜਿਸ ਮਕਸਦ ਨੂੰ ਲੈ ਕੇ ਤੁਸੀਂ ਇਹ ਪ੍ਰੋਗਰਾਮ ਕਰਦੇ ਹੋ ਇਸ ਅਕੈਡਮੀ ਦੇ ਵਿੱਚ, ਔਰ ਇਹ ਅੱਜ ਅੱਜ ਤੁਸੀਂ ਕੰਪੀਟੀਸ਼ਨ ਰੱਖੇ, ਇਹ ਤੁਹਾਡੇ ਮਕਸਦ, ਤੁਹਾਡੇ ਜਿਹੜਾ ਕੀਤਾ ਹੋਇਆ ਕੰਮ ਬੜੀ ਦੂਰ ਤੱਕ ਇਹਦਾ ਮੈਸੇਜ ਜਾਂਦਾ ਹੈ। ਔਰ ਮੈਂ ਸਮਝਦਾ ਕਿ ਗੁਰੂ ਮਹਾਰਾਜ ਦੀ ਵਰਸਾਈ ਹੋਈ ਇਸ ਖਾਲਸਾ ਪੰਥ ਨੂੰ ਸਭ ਤੋਂ ਵੱਡੀ ਲੋੜ ਇਸ ਮਾਰਸ਼ਲ ਆਰਟ ਦੀ ਹੈ, ਔਰ ਜਿਹਨੂੰ ਤੁਸੀਂ ਅੱਜ ਸੰਭਾਲ ਕੇ ਰੱਖਿਆ, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਅੱਜ ਕਿਉਂਕਿ ਬੜੀ ਖੁਸ਼ੀ ਦਾ ਦਿਨ ਹੈ ਇਹ ਨੌਜਵਾਨ ਵੀਰਾਂ ਨੇ, ਕਿਉਂਕਿ ਜਦ ਮੇਰੇ ਨਾਲ ਪਿਛਲੇ ਕੁਝ ਸਮੇਂ ਤੋਂ ਇਹਦੇ ਉੱਤੇ ਵਿਚਾਰ ਵਟਾਂਦਰਾ ਹੋਇਆ, ਮੈਨੂੰ ਜਿਸ ਤਰ੍ਹਾਂ ਦੱਸਿਆ ਗਿਆ, ਮੈਂ ਪ੍ਰਬੰਧਕਾਂ 'ਚੋਂ ਵੀ ਦੱਸਣਾ ਚਾਹੁੰਦਾ ਕਿ ਸਰਦਾਰ ਜ਼ੋਰਾਵਰ ਸਿੰਘ ਨੇ ਔਰ ਜੋਗਿੰਦਰ ਸਿੰਘ ਜੀ ਉਹਨਾਂ ਨੇ ਜੋ ਆਪਣੇ ਵਿਚਾਰ ਰੱਖੇ ਕਿ ਉਹਨਾਂ ਦਾ ਕੀ ਮੰਸ਼ਾ ਹੈ ਕਿ ਇਸ ਅਕੈਡਮੀ ਨੂੰ, ਗੱਤਕਾ ਅਕੈਡਮੀ ਨੂੰ ਜਾਂ ਗੱਤਕੇ ਦੀ ਜਿਹੜਾ ਖੇਡ ਹੈ ਇਸ ਆਰਟ ਨੂੰ ਇੰਟਰਨੈਸ਼ਨਲ ਲੈਵਲ 'ਤੇ ਲਿਜਾਣ ਦੀ, ਔਰ ਇਹਨਾਂ ਨੂੰ ਅਸੀਂ ਆਸ਼ਵਾਸਨ ਦਿੱਤਾ ਕਿ ਜਿੱਥੇ ਤੱਕ ਸਾਡਾ ਸਹਿਯੋਗ ਤੁਹਾਨੂੰ ਲੋੜ ਪਈ, ਅਸੀਂ ਹਮੇਸ਼ਾ ਤੁਹਾਡੇ ਵਿੱਚ ਖੜ੍ਹੇ ਹਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਤੁਹਾਡੇ ਨਾਲ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਕੇ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਵੀ ਹਮੇਸ਼ਾ ਤੁਹਾਡੇ 'ਤੇ ਹਮੇਸ਼ਾ ਆਪਣਾ ਆਸ਼ੀਰਵਾਦ ਰੱਖਿਆ, ਔਰ ਮੈਂ ਸਮਝਦਾ ਹਾਂ ਕਿ ਇਸ ਕਾਰਜ ਲਈ, ਇਸ ਖੇਡ ਨੂੰ, ਇਸ ਗੁਰੂਆਂ ਦੀ ਵਰਸਾਏ ਹੋਏ ਇਸ ਆਰਟਸ ਨੂੰ, ਜਜ਼ਬੇ ਨੂੰ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾ ਸਕੀਏ, ਇਹ ਬਹੁਤ ਹੀ ਵੱਡਾ ਕਾਰਜ ਹੋਏਗਾ ਜੋ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ। ਮੈਂ ਇਹਨਾਂ ਨੂੰ ਕਹਿੰਦਾ ਵਾਂ ਕਿ ਕਿਉਂਕਿ ਅਸੀਂ ਪ੍ਰੋਗਰਾਮ ਵੀ ਬਣਾਇਆ ਕਿ ਆਉਣ ਵਾਲੇ 2 ਮਹੀਨਿਆਂ ਬਾਅਦ ਇੱਕ ਵੱਡੇ ਦਿੱਲੀ ਸਟੇਟ ਲੈਵਲ ਦੇ ਉੱਤੇ ਇਸਦਾ ਕੰਪੀਟੀਸ਼ਨ ਕਰਾਇਆ ਜਾਏਗਾ, ਤਾਲਕਟੋਰਾ ਸਟੇਡੀਅਮ ਦੇ ਵਿੱਚ, ਔਰ ਅਸੀਂ ਇਹ ਜਿਹੜੀ ਬੁੱਢਾ ਦਲ ਗੱਤਕਾ ਅਕੈਡਮੀ ਹੈ
ਉਹਦੇ ਅੰਦਰ ਇਹ ਕੰਮ ਕਰਾਂਗੇ ਕਿਉਂਕਿ ਬਾਬਾ ਬਲਬੀਰ ਸਿੰਘ ਜੀ ਹੋਣਾ ਜਿਹਨਾਂ ਨੇ ਇਸ ਅਕੈਡਮੀ ਦੀ ਸੇਵਾ ਦਿੱਲੀ ਦੇ ਵਿੱਚ ਮੈਨੂੰ ਸੌਂਪੀ ਹੈ, ਅਸੀਂ ਸਾਰੇ ਤੁਹਾਡੇ ਨੌਜਵਾਨ ਵੀਰਾਂ ਨੂੰ ਉਸਨੂੰ ਵੱਡੇ ਲੈਵਲ 'ਤੇ ਲੈ ਕੇ ਜਾਵਾਂਗੇ ਔਰ ਇਸ ਨੂੰ ਅੱਗੇ ਤੱਕ ਲਿਜਾਣ ਵਾਸਤੇ ਜੋ ਵੀ ਉਪਰਾਲੇ ਕਰ ਸਕਾਂਗੇ ਹਮੇਸ਼ਾ ਅਸੀਂ ਤੁਹਾਡੇ ਨਾਲ ਹਾਂ। ਮੈਂ ਇੱਕ ਵਾਰ ਫਿਰ ਤੋਂ ਸਾਰੇ ਨੌਜਵਾਨ ਵੀਰਾਂ ਨੂੰ ਜਿਹੜੇ ਵੀ ਇੱਥੇ ਪਾਰਟੀਸਪੇਟ ਕਰ ਰਹੇ ਹੈ, ਮੈਂ ਨਹੀਂ ਨਾਮ ਲੈ ਸਕਿਆ, ਮੇਰੇ ਇਲਾਕੇ ਤੋਂ ਸਲਾਹ ਹਰਚਰਨ ਸਿੰਘ ਜੀ ਵੀ ਆਏ ਨੇ, ਜਿਨ੍ਹਾਂ ਨੇ ਮੈਂ ਸਮਝਦਾ ਕਿ ਸਾਰੀ ਜ਼ਿੰਦਗੀ ਇਸ ਗੱਤਕਾ ਦੇ ਵਾਸਤੇ ਲਗਾਤੀ। ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਤੁਸੀਂ ਦੇਖਿਆ ਛੋਟੇ ਛੋਟੇ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ ਸੀ, ਅਤੇ ਮੈਂ ਬੇਨਤੀ ਕਰਾਂਗਾ ਸਰਦਾਰ ਹਰਮੀਤ ਸਿੰਘ ਜੀ, ਕਾਲਕਾ ਵੀਰ ਜੀ ਨੂੰ, ਸਾਹਿਬਜ਼ਾਦਾ ਫਤਿਹ ਸਿੰਘ ਸਕੂਲ ਸਪੈਸ਼ਲ ਸਕੂਲ ਦੇ ਬੱਚੇ ਨੇ ਅਤੇ ਆਪਣੇ ਆਪ ਦੇ ਵਿੱਚ ਸਪੈਸ਼ਲ ਨੇ, ਮੈਂ ਬੇਨਤੀ ਕਰਾਂਗਾ ਦਮਨਜੀਤ ਸਿੰਘ ਵੀਰ ਜੀ ਮੈਡਲ ਦੇਣਗੇ, ਗੁਰਜੋਸ਼ ਸਿੰਘ, ਰੋਹਿਤ, ਗੁਰਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਪਵਲੀਨ ਕੌਰ, ਇਹਨਾਂ ਸਾਰਿਆਂ ਨੂੰ ਮੈਡਲ ਦਿੱਤੇ ਜਾਣੇ ਹੈ। ਅਤੇ ਜਿਹੜੇ ਸਕੂਲ ਦੇ ਵਿੱਚ ਸੇਵਾ ਕਰਦੇ ਨੇ ਇਹਨਾਂ ਬੱਚਿਆਂ ਦੀ, ਉਹ ਆਂਟੀ ਜੀ ਇੱਧਰ ਨੇ, ਉਹਨਾਂ ਨੂੰ ਵੀ ਮੈਡਲ ਦਿੱਤਾ ਜਾਣਾ। ਅਤੇ ਸਕੂਲ ਦੀ ਜੋ ਮੇਨ ਸੇਵਾ ਸੰਭਾਲ ਕਰ ਰਹੇ ਨੇ ਬੀਬੀ ਅਵਨੀਸ਼ ਕੌਰ ਜੀ, ਜੋ ਕਿ ਮੇਨ ਟੀਚਰ ਨੇ ਸਕੂਲ ਦੀ, ਉਹਨਾਂ ਨੂੰ ਵੀ ਮੋਮੈਂਟੋ ਦਿੱਤਾ ਜਾਣਾ। ਅਤੇ ਮੈਂ ਬੇਨਤੀ ਕਰਾਂਗਾ ਇੱਕ ਇੱਕ ਕਰਕੇ ਸਾਰੇ ਜਾਣੇ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਦੋ ਤਿੰਨ ਮਿੰਟ ਹੋਰ, ਬੱਚਿਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਜੀ। ਇੱਕ ਜਗਾਰਾ ਲਾਵਾਂਗਾ ਸਾਰਿਆਂ ਨੇ ਗੱਜ ਕੇ, ਇਹਨਾਂ ਬੱਚਿਆਂ ਦਾ ਹੌਸਲਾ ਵਧਾਉਣਾ ਜੀ। ਬੋਲੇ ਮਾਲਕ ਜੀ ਇਹਨਾਂ ਸਾਰਿਆਂ 'ਤੇ ਕਿਰਪਾ ਕਰਨ, ਐਵੇਂ ਗੁਰਮਤ ਦੇ ਨਾਲ ਗੁਰਸਿੱਖੀ ਦੇ ਨਾਲ ਇਹ ਸਾਰੇ ਬੱਚੇ ਜੁੜੇ ਰਹਿਣ ਅਤੇ ਸਤਿਗੁਰੂ ਜੀ ਉਦਮ ਬਖਸ਼ਿਸ਼ ਕਰਨ। ਇਹਨਾਂ ਦੇ ਜੋ ਟੀਚਰਸ ਹੈਗੇ ਨੇ ਸਰਦਾਰਨੀ ਅਵਨੀਸ਼ ਕੌਰ ਜੀ, ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਨੂੰ ਸੁਮਤ ਬਖਸ਼ਣ ਜੋ ਇਹਨਾਂ ਬੱਚਿਆਂ ਦੀ ਸੇਵਾ ਐਵੇਂ ਹੀ ਕਰਦੇ ਰਹਿਣ। ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਕਾਲਕਾ ਜੀ ਦੀ ਪੂਰੀ ਟੀਮ, ਅਤੇ ਮੈਂ ਬੇਨਤੀ ਕਰਾਂਗਾ ਸਾਰੇ ਰੈਫਰੀ ਸਾਹਿਬਾਨਾਂ ਨੂੰ ਉਹ ਪਲੀਜ਼ ਫਰੰਟ 'ਤੇ ਆ ਜਾਣ ਅਤੇ ਅਸੀਂ ਸਟਾਰਟ ਕਰੀਏ। ਅਤੇ ਇੱਕ ਪਹਿਲਾ ਰੈਫਰੀ ਸਾਰੇ ਬੱਚਿਆਂ ਨੂੰ ਦੱਸਿਆ ਜਾਏਗਾ, ਪਹਿਲਾ ਰੈਫਰੀ ਸਾਹਿਬਾਨ ਇੱਥੇ ਉਹਨਾਂ ਵਿੱਚੋਂ ਇੱਕ ਬੱਚਾ ਇੱਕ ਸ਼ਬਦ ਲਏਗਾ ਕਿ ਅਸੀਂ ਜੋ ਵੀ ਫਾਈਟ ਕਰਾਵਾਂਗੇ ਜਾਂ ਜੋ ਵੀ ਉਹ ਕਰਾਵਾਂਗੇ ਉਹ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਕਰਾਵਾਂਗੇ। ਉਹਦੇ ਬਾਅਦ ਤੁਹਾਡੇ ਵਿੱਚੋਂ ਇੱਕ ਬੱਚਾ ਸਾਰੇ ਬੱਚਿਆਂ ਨੂੰ ਲੈ ਕੇ ਸ਼ਬਦ ਲਏਗਾ ਕਿ ਜੋ ਵੀ ਅਸੀਂ ਫਾਈਟ ਖੇਡਾਂਗੇ ਕੋਈ ਦੁਸ਼ਮਣੀ ਜਾਂ ਕਿਸੇ ਖੁੰਦਰ ਦੇ ਨਾਲ ਨਹੀਂ ਖੇਡਾਂਗੇ, ਇਹ ਗੇਮ ਦੇ ਪ੍ਰਤੀ ਉਹ ਗੇਮ ਦੇ ਤਰੀਕੇ ਨਾਲ ਹੀ ਖੇਡਾਂਗੇ। ਇਸ ਕਰਕੇ ਪਲੀਜ਼ ਸਾਰੇ ਬੱਚਿਆਂ ਨੂੰ ਬੇਨਤੀ ਹੈ ਉਹ ਖੜੇ ਹੋ ਜਾਣ, ਅਤੇ ਸਾਰੇ ਰੈਫਰੀਆਂ ਨੂੰ ਬੇਨਤੀ ਹੈ ਉਹ ਇੱਕ ਵਾਰ ਸਾਰੇ ਫਰੰਟ 'ਤੇ ਆ ਜਾਣ। ਪਲੀਜ਼ ਸਾਰੇ ਰੈਫਰੀ ਸਾਹਿਬਾਨ ਫਰੰਟ 'ਤੇ ਆ ਜਾਣ, ਜਿਹੜੇ ਬੱਚੇ ਬਾਹਰ ਨੇ ਪਲੀਜ਼ ਉਹ ਸ਼ਬਦ 'ਤੇ ਆਉਣ। ਪਲੀਜ਼ ਸਰ, ਜਿਹੜੇ ਵੀ ਨੇ ਗੁਰੂ ਦੀ ਹਾਜ਼ਰ ਨਾਜ਼ਰ ਕਰਕੇ ਅਸੀਂ ਇੱਕ ਗੇਮ ਪ੍ਰਤੀ ਇਹ ਗੇਮ ਖੇਡਣੀ ਹੈ, ਇਹ ਨਹੀਂ ਕਿ ਅਸੀਂ ਕਿਸੇ ਦੇ ਨਾਲ ਦੁਸ਼ਮਣੀ ਆ ਕਿਸੇ ਖੁੰਦਕ ਦੇ ਨਾਲ ਖੇਡਣਾ, ਇੱਕ ਪਿਆਰ ਹੈ। ਸਾਨੂੰ ਗੁਰੂ ਸਾਹਿਬ ਹੋਲੇ ਮਹੱਲੇ ਦੇ ਅੰਦਰ ਇੱਦਾਂ ਹੀ ਫਾਈਟਾਂ ਕਰਾਉਂਦੇ ਹੁੰਦੇ ਸੀਗੇ ਕਿ ਇੱਕ ਪਹਿਲਾ ਹੋਲਾ ਕੀਰਤਨ ਮਹੱਲੇ ਦੇ ਅੰਦਰ ਇੱਦਾਂ ਫਾਈਟਾਂ ਹੁੰਦੀਆਂ ਸੀ, ਦੋ ਟੀਮਾਂ ਬਣਾਈਆਂ ਜਾਂਦੀਆਂ ਸੀਗੀਆਂ ਉਹਨਾਂ ਦੀ ਆਪਸ 'ਚ ਫਾਈਟਾਂ, ਅਤੇ ਗੁਰੂ ਸਾਹਿਬ ਆਪ ਉਹਨਾਂ ਨੂੰ ਪ੍ਰਾਈਜ਼ ਦਿੰਦੇ ਹੁੰਦੇ ਸੀ ਜਿੱਤਣ ਤੋਂ ਬਾਅਦ। ਅਤੇ ਅਸੀਂ ਉਹੀ ਇੱਕ ਪਰੰਪਰਾ ਨੂੰ ਚਲਾ ਕੇ, ਕਿਉਂਕਿ ਸ਼ਸਤਰ ਪ੍ਰਦਰਸ਼ਨ ਕਰਨਾ ਔਰ ਸ਼ਸਤਰ ਨੂੰ ਸੰਭਾਲ ਕੇ ਖੇਡਣਾ ਔਰ ਸ਼ਸਤਰ ਦਾ ਵਾਰ ਕਰਨਾ ਇਹ ਬਹੁਤ ਵੱਡੀ ਚੀਜ਼ਾਂ ਨੇ ਜਿਹੜੀਆਂ ਸਾਡੇ ਨਿੱਕੇ ਨਿੱਕੇ ਬੱਚੇ ਸਿੱਖ ਚੁੱਕੇ ਨੇ। ਮੈਂ ਵਿੱਕੀ ਮਾਨ ਜੀ ਦੀ ਨੂੰ ਬੇਨਤੀ ਕਰਾਂਗਾ, ਗੁਰਵਿੰਦਰ ਸਿੰਘ ਜੀ ਜਿਹੜੇ ਸਾਡੇ ਉਹ ਹੈਗੇ ਨੇ, ਇਹਨਾਂ ਦਾ ਇੱਕ ਕੀਰਤਨ ਹੀ ਅਤੇ ਸਾਡੇ ਬਹੁਤ ਜ਼ਿਆਦਾ ਸੇਵਾ ਜਿਹੜੇ ਕਰ ਰਹੇ ਨੇ ਸਾਡੇ ਨਾਲ, ਉਹਨਾਂ ਦਾ ਸਵਾਗਤ ਕਰਨ ਜੀ। ਰੈਫਰੀਆਂ ਵਿੱਚੋਂ ਪਲੀਜ਼ ਇੱਕ ਰੈਫਰੀ ਪਲੀਜ਼ ਅੱਗੇ ਆ। ਹਾਂਜੀ ਇਹ ਆ ਸਾਡੀ ਸਰ ਰੈਫਰੀ ਟੀਮ ਜੀ, ਆ ਇੱਕ ਸ਼ਬਦ ਜਸਕੀਰਤ ਕੌਰ ਜੀ, ਆਪ ਜੀ ਬਾਈ ਅਸੀਂ ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਮੰਨਦੇ ਹਾਂ, ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਮੰਨਦੇ ਹਾਂ, ਹੈ ਪ੍ਰ
प्रण करते हाँ असी पूरी ईमानदारी पारदर्शिता नाल खेड नू परखांगे सारे नियमां नू ध्यान विच रखते निरपक्षता नाल अंतिम फैसला सुनावांगे। धन्यवाद। खिलाड़ियों विचों एक खिलाड़ी प्लीज प्लीज बच्चे जरा ध्यान ना सुनना बोलो ना जरूर लेकिन सुनना सब। असी गुरु साहिब नू हाजर नाजर मनदे हां एह प्रण लैंदे हां कि असी इस ओपन स्टेट गतका मुकाबले दे सारे नियमां नू ध्यान च रखदे हां उन्हां दी पालना करांगे अते अपनी खेड विच ਪਰਤਕ ਖਿਡਾਰੀ ਵਾਂਗ ਖੇਡਾਂਗੇ ਖੇਡ ਦੇ ਰੈਫਰੀ ਅਤੇ ਜੱਜਿਸ ਦੇ ਫੈਸਲੇ ਨੂੰ ਅੰਤਮ ਫੈਸਲਾ ਵਜੋਂ ਸਵੀਕਾਰਾਂਗੇ। ਪਲੀਜ ਬੱਚੇ ਆਪਣੇ ਆ ਜਾਣ ਦੋ ਪਲੇਅਰ ਪਲੀਜ ਸਟੇਜ ਤੇ ਔਰ ਰੈਫਰੀ ਸਾਹਿਬਾਨ ਗਰਾਊਂਡ ਨੰਬਰ 1 ਦੇ ਰੈਫਰੀ ਪਲੀਜ ਆਪਣੇ ਗਰਾਊਂਡ ਨੂੰ ਸੰਭਾਲਣ ਜੀ। ਸਾਰੇ ਬੱਚੇ ਪਲੀਜ਼ ਸਾਈਡ ਤੇ ਦੋ ਪਲੇਅਰ ਡਰੈਸਅਪ ਕਰਕੇ ਸੈਂਟਰ ਤੇ ਆਓ ਪਲੀਜ਼ ਜਲਦੀ। ਪਕੜ ਲਗਾ ਕਾ ਬੁੱਕਾ ਪਕੜ। ਮੈਂ ਬੇਨਤੀ ਕਰਾਂਗਾ ਸਾਡੇ ਵੱਡੇ ਵੀਰ ਵਿੱਕੀ ਮਾਨ ਜੀ ਉਹਨਾਂ ਦਾ ਸਵਾਗਤ ਕਰਨਗੇ। ਵਿੱਕੀ ਮਾਨ ਵੀਰ ਜੀ ਨੂੰ ਮੈਂ ਬੇਨਤੀ ਕਰਾਂਗਾ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਵੀਰ ਜੀ ਵੱਲੋਂ। ਮੈਂ ਬੇਨਤੀ ਕਰਾਂਗਾ ਹੁਣ ਸਰਦਾਰ ਓਂਕਾਰ ਸਿੰਘ ਜੀ ਉਹਨਾਂ ਦਾ ਸਵਾਗਤ ਕਰਨਗੇ ਸਾਡੇ ਹਰਸਿਮਰਨ ਵੀਰ ਜੀ। ਮੈਂ ਬੇਨਤੀ ਕਰਾਂਗਾ ਮੇਰੇ ਸਰਕਾਰਯੋਗ ਵੀਰ ਸਰਦਾਰ ਜਗਜੀਤ ਸਿੰਘ ਜੀ ਅਰਵੀਰ ਜੀ ਜਿਨ੍ਹਾਂ ਦਾ ਬਹੁਤ ਰਜਿੰਦਰ ਸਿੰਘ ਜੀ ਪੁੱਛਦੇ ਜੀ ਐਨਓ ਮਹਿੰਦਰ ਸਿੰਘ ਮਹਿੰਦਰਜੀਤ ਸਿੰਘ ਜੀ ਮਹਿੰਦਰ ਕੌਰ ਜੀ ਉਹ ਵੀ ਪੁੱਛ ਚੁੱਕੇ ਨੇ ਮੈਂ ਬੇਨਤੀ ਕਰਾਂਗਾ ਸਟੇਜ ਤੇ ਬੈਠੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ ਨੇ ਜੋ ਇਹ ਉਪਰਾਲਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਚੱਲ ਰਿਹਾ ਹੈ। ਮੈਂ ਬੇਨਤੀ ਕਰਾਂਗਾ ਜਰੌਰ ਵੀਰ ਜੀ ਨੂੰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਵਿੱਚ ਸੁਭਾਈਮਾਨ ਨੇ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਤੋਂ ਵੀਰ ਜੀ ਦਾ ਸਵਾਗਤ ਕਰਨਗੇ ਜਰੌਰ ਵੀਰ ਜੀ ਜੀ ਪਲੀਜ਼। ਮੈਂ ਬੇਨਤੀ ਕਰਾਂਗਾ ਸਰਦਾਰ ਵਿਕਰਮ ਸਿੰਘ ਜੀ ਰੋਣੀ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਅਮਰਜੀਤ ਸਿੰਘ ਜੀ ਪੱਪੂ ਵੀਰ ਜੀ ਮੀਤ ਪ੍ਰਧਾਨ ਉਹਨਾਂ ਦਾ ਸਵਾਗਤ ਕਰਨਗੇ ਵੀਰ ਜੀ। ਪ੍ਰਧਾਨ ਸਵਾਗਤ ਕਰ ਰਹੇ ਬੋਲੇ ਸੋਨ ਹੋ ਸਤਿ ਸ਼੍ਰੀ ਅਕਾਲ।